ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਆਪਣਾ ਟਿਕਾਣਾ ਬਦਲ ਲਿਆ ਗਿਆ ਏ ਅਤੇ ਹੁਣ ਉਹ ਇੱਕ 11 ਏਕੜ ਵਾਲੀ ਕੋਠੀ ਦੇ ਵਿੱਚ ਰਹਿਣਗੇ। ਕਾਬਿਲੇ ਗੌਰ ਹੈ ਕਿ ਸਭ ਤੋਂ ਖਾਸ ਗੱਲ ਕੀ ਹੈ, ਇਹ ਸ਼ਹਿਰ ਦੇ ਪੁਰਾਣੇ ਬਾਰਾਂਦਰੀ ਇਲਾਕੇ ਦੇ ਵਿੱਚ ਸਥਿਤ 176 ਸਾਲਾਂ ਦੇ ਵਿੱਚ ਇੱਥੇ 140 ਕਮਿਸ਼ਨਰ ਰਹਿ ਚੁੱਕੇ ਨੇ। ਮੁੱਖ ਮੰਤਰੀ ਮਾਨ ਇਸ ਘਰ ਦੇ ਵਿੱਚ 141ਵੇਂ ਵਸਨੀਕ ਨੇ। ਮਕਾਨ ਨੰਬਰ ਜੇਕਰ ਗੱਲ ਕੀਤੀ ਜਾਵੇ ਤਾਂ 11857 ਦੇ ਵਿੱਚ ਇਹ ਲੜਾਈ ਤੋਂ ਵੀ ਪੁਰਾਣਾ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਹ ਡਿਵੀਜ਼ਨਲ ਕਮਿਸ਼ਨਰ ਦੀ ਰਿਹਾਇਸ਼ ਹੁੰਦੀ ਸੀ। ਜਾਣਕਾਰੀ ਮੁਤਾਬਕ ਅਧਿਕਾਰੀ ਪ੍ਰਦੀਪ ਕੁਮਾਰ ਸੱਬਰਵਾਲ ਦੀ ਸਕੂਠੀ ਦੇ ਵਿੱਚ ਬਦਲੀ ਹੋ ਗਈ ਪਰ ਉਹ ਇੱਥੇ ਨਹੀਂ ਰਹੇ। ਪ੍ਰਦੀਪ ਸੱਬਰਵਾਲ ਇਸ ਸਮੇਂ JP ਨਗਰ ਸਥਿਤ ਆਪਣੇ ਘਰ ਦੇ ਵਿੱਚ ਰਹਿੰਦੇ ਪਏ ਹੈ। ਜਾਣਕਾਰੀ ਮੁਤਾਬਕ ਪਹਿਲਾਂ ਗੁਰਪ੍ਰੀਤ ਸਪਰਾ ਡਿਵੀਜ਼ਨ ਕਮਿਸ਼ਨਰ ਦੇ ਘਰ ਰਹਿ ਰਹੇ ਸਨ, ਉਦੋਂ ਘਰ ਖਾਲੀ ਹੋ ਗਿਆ ਸੀ ਅਤੇ ਅਜਿਹੇ ਦੇ ਵਿੱਚ ਹੁਣ ਕਿਹਾ ਜਾ ਰਿਹਾ ਹੈ ਕਿ CM ਭਗਵੰਤ ਮਾਨ ਇਸ ਘਰ ਦੇ ਵਿੱਚ ਰਹਿਣਗੇ। ਸਭ ਤੋਂ ਜੇਕਰ ਹੈਰਾਨੀ ਦੀ ਗੱਲ ਤੁਸੀਂ ਸਾਹਮਣੇ ਆ ਰਹੀ ਹੈ ਤਾਂ ਉਹ ਇਹ ਹੈ ਕਿ ਹੁਣ ਮੁੱਖ ਮੰਤਰੀ ਇੰਨੇ ਇਤਿਹਾਸ ਵਾਲੇ ਘਰ ਦੇ ਵਿੱਚ ਰਹਿਣ ਦੇ ਸੱਚਮੁੱਚ ਉਤਸੁਕ ਨੇ। CMO ਦੇ ਸੂਤਰਾਂ ਨੇ ਕਿਹਾ ਹੈ ਕਿ ਮਾਨ ਇੱਕ ਅਜਿਹੇ ਘਰ ਦੇ ਵਿੱਚ ਰਹਿਣ ਲਈ ਸੱਚਮੁੱਚ ਇੰਤਜ਼ਾਰ ਕਰਦੇ ਪਏ ਨੇ ਜਿਸ ਦੇ ਵਿੱਚ ਬਹੁਤ ਸਾਰਾ ਇਤਿਹਾਸ ਹੈ। ਤੁਹਾਨੂੰ ਦੱਸ ਦਈਏ ਕਿ ਬ੍ਰਿਟਿਸ਼ ਰਾਜ ਦੇ ਅਧਿਕਾਰੀਆਂ ਨੇ ਇੱਕ ਵਾਰ ਇਸ 'ਤੇ ਕਬਜ਼ਾ ਵੀ ਕਰ ਲਿਆ ਸੀ। ਅਜਿਹੀਆਂ ਵਿਰਾਸਤੀ ਇਮਾਰਤਾਂ ਨੂੰ ਸੰਭਾਲ INTACH ਵਰਗੇ ਕੰਜ਼ਰਵੇਟ ਮਾਹਿਰਾਂ ਦੁਆਰਾ ਕੀਤੀ ਜਾ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੁਆਬੇ ਦੇ ਵਿੱਚ ਹਫ਼ਤੇ ਦੇ 2 ਦਿਨ ਰਿਹਾ ਕਰਨਗੇ, ਜਿਸ ਨਾਲ ਮਾਝੇ ਦੇ ਲੋਕਾਂ ਨੂੰ ਵੀ ਆਸਾਨੀ ਹੋਵੇਗੀ। ਅਜਿਹੇ ਦੇ ਵਿੱਚ ਪਹਿਲਾਂ ਉਹਨਾਂ ਦੇ ਵੱਲੋਂ ਜਲੰਧਰ ਕੈਂਟ ਦੇ ਦੀਪਨਗਰ ਦੇ ਵਿੱਚ ਅਤੇ ਹੁਣ ਸ਼ਹਿਰ ਦੇ ਵਿੱਚੋਂ ਵਿੱਚ ਬਾਰਾਂਦਰੀ ਇਲਾਕੇ ਦੇ ਵਿੱਚ ਇਸ ਸ਼ਾਹੀ ਮਹਿਲ ਮਕਾਨ ਦੇ ਵਿੱਚ ਰਿਹਾ ਜਾਵੇਗਾ। ਜਲੰਧਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਆਪਣਾ ਟਿਕਾਣਾ ਬਦਲ ਲਿਆ ਗਿਆ ਏ ਅਤੇ ਹੁਣ ਉਹ ਇੱਕ 11 ਏਕੜ ਵਾਲੀ ਕੋਠੀ ਦੇ ਵਿੱਚ ਰਹਿਣਗੇ। ਕਾਬਿਲੇ ਗੌਰ ਹੈ ਕਿ ਸਭ ਤੋਂ ਖਾਸ ਗੱਲ ਕੀ ਹੈ, ਇਹ ਸ਼ਹਿਰ ਦੇ ਪੁਰਾਣੇ ਬਾਰਾਂਦਰੀ ਇਲਾਕੇ ਦੇ ਵਿੱਚ ਸਥਿਤ 176 ਸਾਲਾਂ ਦੇ ਵਿੱਚ ਇੱਥੇ 140 ਕਮਿਸ਼ਨਰ ਰਹਿ ਚੁੱਕੇ ਨੇ। ਮੁੱਖ ਮੰਤਰੀ ਮਾਨ ਇਸ ਘਰ ਦੇ ਵਿੱਚ 141ਵੇਂ ਵਸਨੀਕ ਨੇ। ਮਕਾਨ ਨੰਬਰ ਜੇਕਰ ਗੱਲ ਕੀਤੀ ਜਾਵੇ ਤਾਂ 11857 ਦੇ ਵਿੱਚ ਇਹ ਲੜਾਈ ਤੋਂ ਵੀ ਪੁਰਾਣਾ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਹ ਡਿਵੀਜ਼ਨਲ ਕਮਿਸ਼ਨਰ ਦੀ ਰਿਹਾਇਸ਼ ਹੁੰਦੀ ਸੀ। ਜਾਣਕਾਰੀ ਮੁਤਾਬਕ ਅਧਿਕਾਰੀ ਪ੍ਰਦੀਪ ਕੁਮਾਰ ਸੱਬਰਵਾਲ ਦੀ ਸਕੂਠੀ ਦੇ ਵਿੱਚ ਬਦਲੀ ਹੋ ਗਈ ਪਰ ਉਹ ਇੱਥੇ ਨਹੀਂ ਰਹੇ। ਪ੍ਰਦੀਪ ਸੱਬਰਵਾਲ ਇਸ ਸਮੇਂ JP ਨਗਰ ਸਥਿਤ ਆਪਣੇ ਘਰ ਦੇ ਵਿੱਚ ਰਹਿੰਦੇ ਪਏ ਹੈ। ਜਾਣਕਾਰੀ ਮੁਤਾਬਕ ਪਹਿਲਾਂ ਗੁਰਪ੍ਰੀਤ ਸਪਰਾ ਡਿਵੀਜ਼ਨ ਕਮਿਸ਼ਨਰ ਦੇ ਘਰ ਰਹਿ ਰਹੇ ਸਨ, ਉਦੋਂ ਘਰ ਖਾਲੀ ਹੋ ਗਿਆ ਸੀ ਅਤੇ ਅਜਿਹੇ ਦੇ ਵਿੱਚ ਹੁਣ ਕਿਹਾ ਜਾ ਰਿਹਾ ਹੈ ਕਿ CM ਭਗਵੰਤ ਮਾਨ ਇਸ ਘਰ ਦੇ ਵਿੱਚ ਰਹਿਣਗੇ। ਸਭ ਤੋਂ ਜੇਕਰ ਹੈਰਾਨੀ ਦੀ ਗੱਲ ਤੁਸੀਂ ਸਾਹਮਣੇ ਆ ਰਹੀ ਹੈ ਤਾਂ ਉਹ ਇਹ ਹੈ ਕਿ ਹੁਣ ਮੁੱਖ ਮੰਤਰੀ ਇੰਨੇ ਇਤਿਹਾਸ ਵਾਲੇ ਘਰ ਦੇ ਵਿੱਚ ਰਹਿਣ ਦੇ ਸੱਚਮੁੱਚ ਉਤਸੁਕ ਨੇ। CMO ਦੇ ਸੂਤਰਾਂ ਨੇ ਕਿਹਾ ਹੈ ਕਿ ਮਾਨ ਇੱਕ ਅਜਿਹੇ ਘਰ ਦੇ ਵਿੱਚ ਰਹਿਣ ਲਈ ਸੱਚਮੁੱਚ ਇੰਤਜ਼ਾਰ ਕਰਦੇ ਪਏ ਨੇ ਜਿਸ ਦੇ ਵਿੱਚ ਬਹੁਤ ਸਾਰਾ ਇਤਿਹਾਸ ਹੈ। ਤੁਹਾਨੂੰ ਦੱਸ ਦਈਏ ਕਿ ਬ੍ਰਿਟਿਸ਼ ਰਾਜ ਦੇ ਅਧਿਕਾਰੀਆਂ ਨੇ ਇੱਕ ਵਾਰ ਇਸ 'ਤੇ ਕਬਜ਼ਾ ਵੀ ਕਰ ਲਿਆ ਸੀ। ਅਜਿਹੀਆਂ ਵਿਰਾਸਤੀ ਇਮਾਰਤਾਂ ਨੂੰ ਸੰਭਾਲ INTACH ਵਰਗੇ ਕੰਜ਼ਰਵੇਟ ਮਾਹਿਰਾਂ ਦੁਆਰਾ ਕੀਤੀ ਜਾ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ
ਇਹ ਦਾਅਵਾ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੁਆਬੇ ਦੇ ਵਿੱਚ ਹਫ਼ਤੇ ਦੇ 2 ਦਿਨ ਰਿਹਾ ਕਰਨਗੇ, ਜਿਸ ਨਾਲ ਮਾਝੇ ਦੇ ਲੋਕਾਂ ਨੂੰ ਵੀ ਆਸਾਨੀ ਹੋਵੇਗੀ। ਅਜਿਹੇ ਦੇ ਵਿੱਚ ਪਹਿਲਾਂ ਉਹਨਾਂ ਦੇ ਵੱਲੋਂ ਜਲੰਧਰ, ਕੈਂਟ ਦੇ ਦੀਪਨਗਰ ਦੇ ਵਿੱਚ ਅਤੇ ਹੁਣ ਸ਼ਹਿਰ ਦੇ ਵਿੱਚੋਂ ਵਿੱਚ ਬਾਰਾਂਦਰੀ ਇਲਾਕੇ ਦੇ ਵਿੱਚ ਇਸ ਸ਼ਾਹੀ ਮਹਿਲ ਮਕਾਨ ਦੇ ਵਿੱਚ ਰਿਹਾ ਜਾਵੇਗਾ।